ਅਸਦੁੱਦੀਨ ਉਵਸੀ ਨੇ ਸ਼ਨੀਵਾਰ ਨੂੰ ਲੋਕ ਸਭਾ ਵਿੱਚ ਦਾਵਾ ਕੀਤਾ ਕਿ ਬਾਬਰੀ ਮਸਜਿਦ ਸੀ ਹੈ ਤੇ ਹਮੇਸ਼ਾ ਹੀ ਰਹੇਗੀ ਹਾਊਸ ਵਿੱਚ ਨਿਯਮ 193 ਅਧੀਨ ਇਤਿਹਾਸਿਕ ਰਾਮ ਮੰਦਰ ਦੇ ਨਿਰਮਾਣ ਅਤੇ ਰਾਮ ਲਲਾ ਦੀ ਪ੍ਰਾਣ ਪ੍ਰਤੀਸ਼ਟਾ ਦੇ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਬਾਬਰ ਜਿੰਨਾ ਅਤੇ ਔਰੰਗਜ਼ੇਬ ਦਾ ਬੁਲਾਰਾ ਨਹੀਂ ਹਾਂ ਉਹਨਾਂ ਸਾਫਕਾ ਪ੍ਰਧਾਨ ਮੰਤਰੀ ਪੀ ਵੀ ਨਰਸੀਮਹਾ ਰਾਓ ਅਤੇ ਸਾਫਕਾ ਉਪ ਪ੍ਰਧਾਨ ਮੰਤਰੀ ਲਾਲ ਕਿਸ਼ਨ ਅਡਵਾਨੀ ਨੂੰ ਭਾਰਤ ਰਤਨ ਦੇ ਐਲਾਨ ਤੇ ਵੀ ਸਵਾਲ ਉਠਾਏ ਨੇ ਇਸ ਦੌਰਾਨ ਉਹਨਾਂ ਨੇ ਸਵਾਲ ਕੀਤਾ ਕਿ ਪੀਐਮ ਮੋਦੀ ਸਿਰਫ ਇੱਕ ਭਾਈਚਾਰੇ ਅਤੇ ਇੱਕ ਧਰਮ ਦੀ ਸੇਵਾ ਕਰਦੇ ਨੇ ਉਨਾ ਸਵਾਲ ਕੀਤਾ ਕਿ 22 ਜਨਵਰੀ ਨੂੰ ਅਯੋਧਿਆ ਦੇ ਰਾਮ ਮੰਦਰ ਦੀ ਪਵਿੱਤਰ ਰਸਮ ਇੱਕ ਧਰਮ ਤੇ ਦੂਜੇ ਧਰਮ ਦੀ ਜਿੱਤ ਸੀ ਚਰਚਾ ਦੇ ਹਿੱਸਾ ਲੈਂਦੇ ਹੋਏ ਓਬੀਸੀ ਨੇ ਕਿਹਾ ਕਿ ਦੇਸ਼ ਦੇ ਮੁਸਲਮਾਨਾਂ ਨੂੰ ਵਾਰ-ਵਾਰ ਆਪਣੀ ਦੇਸ਼ ਭਗਤੀ ਸਾਬਤ ਕਰਨ ਲਈ ਕਿਹਾ ਜਾਂਦਾ ਹੈ ਕਿ ਮੈਂ ਬਾਬਰ ਜਿੰਨਾ ਜਾਂ ਔਰੰਗਜ਼ੇਬ ਦਾ ਬੁਲਾ ਰਹਾ ਹਾਂ ਮੈਂ ਭਗਵਾਨ ਰਾਮ ਦਾ ਸਤਿਕਾਰ ਕਰਦਾ ਹਾਂ ਪਰ ਮੈਂ ਨਥੁਰਮ ਗੋੜਸੇ ਨੂੰ ਨਫ਼ਰਤ ਕਰਦਾ ਹਾਂ ਜਿਸ ਨੇ ਉਸ ਆਦਮੀ ਨੂੰ ਮਾਰਿਆ ਜਿਸ ਤੇ ਆਖਰੀ ਸ਼ਬਦ ਸੀ ਹੈ ਰਾਮ ਸੁਪਰੀਮ ਕੋਰਟ ਦੇ 2019 ਦੇ ਹੁਕਮ ਦਾ ਹਵਾਲਾ ਦਿੰਦੇ ਹੋਏ ਓਬੀਸੀ ਨੇ ਕਿਹਾ ਕਿ ਮਸਜਿਦ ਡਟੋਨਾ ਕਿ ਨੌਨੀ ਕਾਰਵਾਈ ਸੀ मेरी फिक्र में मेरा ईमान मुझे कहता है कि जिस जगह पर मस्जिद थी है और रहेगी बाबरी मस्जिद है और रहेगी बाबरी मस्जिद जिंदाबाद जिंदाबाद भारत जिंदाबाद जय हिंद